ਆਪਣੇ ਫੇਵਰੇਟ ਸਿੰਗਰ ਜਾਂ ਮਾਡਲ ਦੀ ਬਾਇਓਗ੍ਰਾਫੀ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ 'ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਸਾਡੀ ਵੀਡੀਓ ਮਿਲ ਜਾਵੇ ਤੁਹਾਨੂੰ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਦੋਸਤੋ, ਟੌਪ 10 ਬੈਸਟ ਲਿਸਟ ਐਵਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਹਿਲਾਂ ਤਾਂ ਮੈਂ ਬਹੁਤ ਬਹੁਤ ਸਵਾਗਤ ਕਰਦਾ। ਅੱਜ ਮੈਂ ਤੁਹਾਡੇ ਲਈ ਪੰਜਾਬ ਦੇ ਉਸ ਸੁਰੀਲੇ ਗਾਇਕ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ ਜਿਹੜੇ ਕਿ ਚਾਹੇ ਅੱਜ ਆਪਣੇ ਵਿੱਚ ਨਹੀਂ ਰਹੇ ਪਰ ਉਹਨਾਂ ਦਾ ਨਾਮ ਅਤੇ ਉਹਨਾਂ ਦੀ ਆਵਾਜ਼ ਆਪਣੇ ਸਾਰਿਆਂ ਦੇ ਦਿਲਾਂ ਵਿੱਚ ਵੱਸਦੀ ਹੈ। ਉਹਨਾਂ ਦੀ ਬੁਲੰਦ ਆਵਾਜ਼ ਅਤੇ ਲੰਬੀ ਹੇਕ ਅੱਗੇ ਅੱਜ ਕੱਲ੍ਹ ਦੇ ਸਾਜ ਵੀ ਫਿੱਕੇ ਪੈ ਜਾਂਦੇ ਨੇ। ਜੀ ਹਾਂ ਦੋਸਤੋ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੁਰਜੀਤ ਬਿੰਦਰਖੀਆ ਜੀ। ਇਸ ਤੋਂ ਪਹਿਲਾਂ ਦੋਸਤੋ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ, ਜੇ ਤੁਸੀਂ ਆਪਣਾ ਚੈਨਲ ਟੌਪ 10 ਬੈਸਟ ਲਿਸਟ ਐਵਰ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਡੀਓ ਦੇ ਥੱਲੇ ਰੈਡ ਜਿਹੇ ਸਬਸਕ੍ਰਾਈਬ ਦੇ ਬਟਨ 'ਤੇ ਆਪਣਾ ਪਿਆਰਾ ਜਿਹਾ ਕਲਿੱਕ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਇੱਥੇ ਮੈਂ ਤੁਹਾਡੇ ਲਈ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹਿੰਦਾ। ਚਲੋ ਦੋਸਤੋ, ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਗੱਲ ਕਰਦੇ ਹਾਂ ਸੁਰਜੀਤ ਬਿੰਦਰਖੀਆ ਜੀ ਬਾਰੇ। ਗੁਰਦਿਆਲ ਰੋਸ਼ਨ ਦੀਆਂ ਲਿਖੀਆਂ ਹੋਈਆਂ ਕੁਝ 17 ਤੋਂ ਵਿਛੜਿਆ ਇੱਕ ਮੁੱਦਤ ਦਾ ਹੈ ਉਹ ਮੇਰੇ ਤੋਂ, ਫਿਰ ਵੀ ਇੰਝ ਲੱਗਦਾ ਇਹ ਗੱਲ ਕੁਝ ਪਲਾਂ ਦੀ ਹੀ ਹੈ। ਸੁਰਜੀਤ ਬਿੰਦਰਖੀਆ ਦਾ ਜਨਮ 15 ਅਪ੍ਰੈਲ 1962 ਨੂੰ ਮਾਤਾ ਗੁਰਚਰਨ ਕੌਰ ਜੀ ਦੀ ਕੁੱਖੋਂ ਸਰਦਾਰ ਸੁੱਚਾ ਸਿੰਘ ਦੇ ਘਰ ਪਿੰਡ ਬਿੰਦਰਖ ਜ਼ਿਲ੍ਹਾ ਰੂਪਨਗਰ ਵਿਖੇ ਹੋਇਆ। ਇਹਨਾਂ ਦੇ ਪਿਤਾ ਜੀ ਪਿੰਡ ਦੇ ਮਸ਼ਹੂਰ ਪਹਿਲਵਾਨ ਸਨ ਅਤੇ ਉਹ ਇਹੀ ਚਾਹੁੰਦੇ ਸਨ ਕਿ ਇਹਨਾਂ ਦਾ ਪੁੱਤਰ ਸੁਰਜੀਤ ਵੀ ਪਹਿਲਵਾਨ ਹੀ ਬਣੇ, ਪਰ ਸੁਰਜੀਤ ਬਿੰਦਰਖੀਆ ਦਾ ਜ਼ਿਆਦਾ ਰੁਝਾਨ ਗਾਇਕੀ ਵਿੱਚ ਸੀ। ਇਹਨਾਂ ਨੇ ਆਪਣੇ ਗੁਰੂ ਅਤੁਲ ਸ਼ਰਮਾ ਕੋਲੋਂ ਗਾਇਕੀ ਦੇ ਜ਼ੋਰ ਸਿੱਖਦੇ ਹੋਏ ਕਾਲਜ ਦੀ ਭੰਗੜਾ ਟੀਮ ਲਈ ਬੋਲੀਆਂ ਗਾ ਕੇ ਆਪਣਾ ਗਾਉਣ ਦਾ ਸਫ਼ਰ ਸਟਾਰਟ ਕੀਤਾ। ਸੁਰਜੀਤ ਬਿੰਦਰਖੀਆ ਨੇ ਪੰਜਾਬੀ ਫਿਲਮਾਂ ਵਿੱਚ ਐਜ਼ ਏ ਜੂਨੀਅਰ ਆਰਟਿਸਟ ਕੰਮ ਕੀਤਾ, ਫਿਰ ਇਸ ਤੋਂ ਬਾਅਦ ਸ਼ਮਸ਼ੇਰ ਸੰਧੂ ਜੀ ਨੇ ਇਹਨਾਂ ਦੇ ਹੁਨਰ ਅਤੇ ਕਲਾ ਨੂੰ ਪਹਿਚਾਣਿਆ। ਫਿਰ ਸੁਰਜੀਤ ਬਿੰਦਰਖੀਆ ਨੇ ਸ਼ਮਸ਼ੇਰ ਸੰਧੂ ਦੇ ਲਿਖੇ ਹੋਏ ਗੀਤ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ ਦੁਪੱਟਾ, ਤੇਰਾ 7 ਰੰਗ ਦਾ ਜੱਟ ਦੀ ਪਸੰਦ ਜੱਟ ਨੇ ਵਿਆਹੁਣੀਆਂ ਅਤੇ ਹੋਰ ਵੀ ਸੁਪਰਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਏ, ਜਿਹੜੇ ਕਿ ਅੱਜ ਵੀ DJ 'ਤੇ ਪਹਿਲਾਂ ਵਾਂਗ ਹੀ ਚੱਲਦੇ ਨੇ। ਇਹਨਾਂ ਦੀਆਂ ਕੁੱਲ 32 ਕੈਸਟਾਂ ਆਈਆਂ ਅਤੇ ਇਸ ਦੇ ਨਾਲ ਨਾਲ ਇਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜ਼ੋਰ ਦਿਖਾਏ, ਜਿਸ ਨੂੰ ਕਿ ਸਰੋਤਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਹੁਣ ਦੋਸਤੋ ਆਪਾਂ ਗੱਲ ਕਰੀਏ ਇਹਨਾਂ ਦੀ ਫੈਮਿਲੀ ਬਾਰੇ। ਸੁਰਜੀਤ ਬਿੰਦਰਖੀਆ ਦਾ ਵਿਆਹ ਬੀਬੀ ਪ੍ਰੀਤ ਕਮਲ ਜੀ ਨਾਲ ਹੋਇਆ। ਇਹਨਾਂ ਦੇ ਵਿਆਹ ਤੋਂ ਬਾਅਦ ਇਹਨਾਂ ਦੇ ਘਰ 2 ਬੱਚਿਆਂ ਨੇ ਜਨਮ ਲਿਆ, ਪੁੱਤਰ ਦਾ ਨਾਮ ਗਿਤਾਜ ਬਿੰਦਰਖੀਆ ਅਤੇ ਪੁੱਤਰੀ ਦਾ ਨਾਮ ਮਿਨਾਜ ਬਿੰਦਰਖੀਆ। ਗਿਤਾਜ ਬਿੰਦਰਖੀਆ ਨੇ ਵੀ ਸਿੰਗਰ ਬਣ ਕੇ ਆਪਣੇ ਪਿਤਾ ਜੀ ਦਾ ਨਾਮ ਰੋਸ਼ਨ ਕੀਤਾ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਬਹੁਤ ਹੀ ਹਿੱਟ ਗੀਤ ਪਾਏ। ਇਹਨਾਂ ਦਾ ਆਖਰੀ ਗੀਤ ਮੈਂ ਕੱਲ੍ਹ ਤੱਕ ਨਹੀਂ ਰਹਿਣਾ, ਜਿਵੇਂ ਕਿ ਸਾਨੂੰ ਆਉਣ ਵਾਲੇ ਟਾਈਮ ਦੇ ਪਹਿਲਾਂ ਹੀ ਸੰਕੇਤ ਦੇ ਗਿਆ ਹੋਵੇ ਅਤੇ ਆਖਿਰ 17 ਨਵੰਬਰ 2003 ਨੂੰ ਹਾਰਟ ਅਟੈਕ ਆਉਣ ਕਾਰਨ ਉਹ ਆਪਾਂ ਸਾਰਿਆਂ ਨੂੰ ਅਲਵਿਦਾ ਕਹਿ ਕੇ ਇਸ ਦੁਨੀਆ ਤੋਂ ਚਲੇ ਗਏ। ਸੁਰਜੀਤ ਬਿੰਦਰਖੀਆ ਦੀ ਘਾਟ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕੁਝ ਨਵਾਂ ਲੈ ਕੇ। ਤੁਹਾਨੂੰ ਜੇ ਇਹ ਵੀਡੀਓ ਪਸੰਦ ਆਈ ਹੋਵੇ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ ਇੱਥੇ ਮੈਂ ਤੁਹਾਡੇ ਲਈ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹਿੰਦਾ। ਥੈਂਕਸ ਫੋਰ ਵਾਚਿੰਗ, ਬਾਏ ਬਾਏ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।